ਤੇ ਅੱਜ ਆਪਾਂ ਤਿਆਰ ਕਰ ਰਹੇ ਹਾਂ ਜੀ ਇਹ ਚੋਕਲੇਟ ਆਈਸਕ੍ਰੀਮ। ਇਹ ਕੇਲਿਆਂ ਤੋਂ ਬਣਾਈ ਆ ਆਪਾਂ, ਤੇ ਨਾ ਇਹਦੇ ਵਿੱਚ ਕਰੀਮ ਨਾ ਦੁੱਧ ਵਰਤਿਆ ਆਪਾਂ, ਫਿਰ ਵੀ ਦੇਖੋ ਕਿੰਨੀ ਨਰਮ ਬਣ ਕੇ ਤਿਆਰ ਹੋਈ ਆ। ਬਹੁਤ ਆਸਾਨ ਤਰੀਕੇ ਨਾਲ ਤੇ ਬਹੁਤ ਘੱਟ ਸਮੇਂ 'ਚ ਇਹ ਆਈਸਕ੍ਰੀਮ ਹੈ ਜਿਹੜੀ ਬਣ ਜਾਂਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਘਰ ਦੇ ਵਿੱਚ ਕੇਲਿਆਂ ਦੀ ਆਈਸਕ੍ਰੀਮ ਬਣਾਵਾਂਗੇ ਜੀ। ਨਾ ਤਾਂ ਆਪਾਂ ਨੂੰ ਕਿਸੇ ਕਰੀਮ ਦੀ ਜ਼ਰੂਰਤ ਹੈ, ਨਾ ਵਿਪਡ ਕਰੀਮ ਦੀ, ਨਾ ਫਰੈਸ਼ ਕਰੀਮ ਦੀ, ਨਾ ਮਲਾਈ ਦੀ ਜ਼ਰੂਰਤ ਹੈ। ਝਟਪਟ ਇਹ ਆਈਸਕ੍ਰੀਮ ਬਣ ਜੂਗੀ ਜੀ, ਜ਼ਿਆਦਾ ਟਾਈਮ ਤੁਹਾਨੂੰ ਫਰਿੱਜ 'ਚ ਵੀ ਰੱਖਣ ਦੀ ਜ਼ਰੂਰਤ ਨਹੀਂ। ਤੇ ਚਲੋ ਜੀ ਫਿਰ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ। ਵੀਡੀਓ ਜੇਕਰ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ ਫਿਰ ਇਹ ਆਈਸਕ੍ਰੀਮ ਬਣਾਉਣੀ ਆਪਾਂ ਸਟਾਰਟ ਕਰਦੇ ਹਾਂ। ਤੇ ਇੱਥੇ ਜੀ ਆਪਣੇ ਕੋਲ ਹੈਗੇ 3 ਕੇਲੇ। ਇਸ ਤਰ੍ਹਾਂ ਜੀ ਬਿਲਕੁਲ ਆਪਾਂ ਪਤਲੇ ਪਤਲੇ ਨਾ ਸਲਾਈਸ ਕੱਟ ਲਾਂਗੇ ਇਹਨਾਂ ਦੇ, ਛੋਟੇ ਛੋਟੇ ਟੁਕੜੇ। ਤੁਸੀਂ ਜਿੰਨੀ ਕੁ ਆਈਸਕ੍ਰੀਮ ਬਣਾਉਣੀ ਹੋਈ, ਅੱਧੀ ਦਰਜਨ ਕੇਲਿਆਂ ਦੀ ਜਾਂ ਤੁਸੀਂ 3-4 ਕੇਲਿਆਂ ਦੀ ਆਈਸਕ੍ਰੀਮ, ਤਿੰਨ ਚਾਰ ਕੇਲਿਆਂ ਤੋਂ ਤੁਸੀਂ ਅੱਧਾ ਡੋਂਗਾ ਜਾਂ ਡੋਂਗਾ ਭਰ ਕੇ ਆਈਸਕ੍ਰੀਮ ਵੀ ਬਣਾ ਸਕਦੇ ਹੋ। ਨਾ ਆਪਾਂ ਇਹਦੇ 'ਚ ਦੁੱਧ ਵਰਤਾਂਗੇ, ਨਾ ਕਰੀਮ ਵਰਤਾਂਗੇ। ਅਤੇ ਇਸ ਤਰੀਕੇ ਨਾਲ ਜੀ ਕੇਲਿਆਂ ਨੇ ਆਪਾਂ ਫਾੜੀਆਂ ਕਰ ਲਈਆਂ। ਅਤੇ ਹੁਣ ਆਪਣੇ ਕੋਲ ਇਸ ਤਰੀਕੇ ਦਾ ਹੈਗਾ ਲਿਫਾਫਾ, ਇਹ ਆਸਾਨੀ ਨਾਲ ਘਰ ਆਪਾਂ ਲਿਫਾਫੇ ਮਿਲ ਜਾਂਦੇ। ਲਿਫਾਫੇ ਨੂੰ ਨਾ ਮੈਂ ਚੰਗੇ ਤਰੀਕੇ ਨਾਲ ਧੋ ਲਿਆ, ਅਤੇ ਜਾਂ ਤੁਸੀਂ ਕਿਸੇ ਏਅਰ ਟਾਈਟ ਡੱਬੇ ਦੇ ਵਿੱਚ ਢੱਕਣ ਵਾਲੇ ਡੱਬੇ 'ਚ ਵੀ ਇਹਨਾਂ ਨੂੰ ਪਾ ਕੇ ਰੱਖ ਸਕਦੇ ਹੋ। ਅਤੇ ਇਸ ਤਰ੍ਹਾਂ ਜੀ ਲਿਫਾਫੇ ਨੂੰ ਨਾ ਆਪਾਂ ਗੰਢ ਚੰਗੇ ਤਰੀਕੇ ਨਾਲ ਦੇ ਦੇਣੀ ਆ ਵੀ ਬਾਹਰੋਂ ਹਵਾ ਨਾ ਜਾਵੇ ਲਿਫਾਫੇ ਦੇ ਵਿੱਚ, ਬਸ ਇੰਨਾ ਕੁ ਤੁਸੀਂ ਧਿਆਨ ਰੱਖਿਓ। ਹਲਕਾ ਜਿਹਾ ਜਦੋਂ ਮੈਨੂੰ ਗੰਢ ਦੇਤੀ ਨਾ ਲਿਫਾਫੇ ਨੂੰ ਇਸ ਤਰੀਕੇ ਨਾਲ ਨੱਪਦਾ। ਅਤੇ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖਾਂਗੇ ਜੀ, ਜਿੱਥੇ ਆਪਾਂ ਬਰਫ਼ ਜਮਾਉਣ ਵਾਸਤੇ ਰੱਖਦੇ ਹੁੰਦੇ ਹਾਂ 2 ਤੋਂ 3 ਘੰਟਿਆਂ ਦੇ ਲਈ। ਅਤੇ ਇਸ ਤਰ੍ਹਾਂ ਜੀ ਕੇਲੇ ਨੂੰ ਨਾ ਆਪਾਂ ਲਿਫਾਫੇ ਦੇ ਵਿੱਚ ਬੰਦ ਕਰਕੇ ਗੰਢ ਦੇ ਕੇ ਚੰਗੇ ਤਰੀਕੇ ਨਾਲ ਰੱਖਤਾ ਸੀ ਫਰਿੱਜ ਦੇ ਵਿੱਚ, ਅਤੇ ਹੁਣ ਇਹ ਬਿਲਕੁਲ ਹੋ ਗਿਆ ਜੀ ਤਿਆਰ ਦੇਖੋ। ਅਤੇ ਇਸ ਤਰ੍ਹਾਂ ਜੀ ਬਿਲਕੁਲ ਇਹ ਸਖ਼ਤ ਹੋ ਜਾਣਗੇ। ਥੋੜ੍ਹਾ ਜਿਹਾ ਚਿਰ ਨਾ ਤੁਸੀਂ ਇਹਨਾਂ ਨੂੰ ਪਹਿਲਾਂ ਕੱਢ ਕੇ ਰੱਖ ਦਿਓ ਪਲੇਟ ਦੇ ਵਿੱਚ, ਦੇਖੋ ਇਹਨਾਂ ਦਾ ਕਲਰ ਵੀ ਥੋੜ੍ਹਾ ਜਿਹਾ ਚੇਂਜ ਹੋ ਜੂਗਾ, ਬਿਲਕੁਲ ਇਹ ਸਖ਼ਤ ਆ ਗਏ। ਅਤੇ ਇਸ ਤਰੀਕੇ ਨਾਲ ਹੀ ਇਹ ਬਰਫ਼ ਦੀ ਤਰ੍ਹਾਂ ਜੰਮੇ ਹੋਣੇ ਚਾਹੀਦੇ ਹੈ। ਅਤੇ ਹੁਣ ਜੀ ਮਿਕਸੀ ਵਾਲੇ ਜੱਗ ਦੇ ਵਿੱਚ ਆਪਾਂ ਇਹਨਾਂ ਨੂੰ ਪਾਵਾਂਗੇ। ਅਤੇ ਹੁਣ ਜੀ ਢੱਕਣ ਲਾ ਕੇ ਜਿਹੜਾ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ। ਮਿਕਸੀ ਆਪਾਂ ਚਲਾਉਣੀ ਹੈ ਜੀ ਰੋਕ ਰੋਕ ਕੇ, ਇੱਕਦਮ ਮਿਕਸੀ ਨਹੀਂ ਚਲਾਉਣੀ ਆਪਾਂ। ਅਤੇ ਹੁਣ ਜੀ ਆਪਾਂ ਮਿਕਸੀ ਚਲਾ ਦਿਆਂਗੇ। ਇਸ ਤਰੀਕੇ ਨਾਲ ਆਪਾਂ ਰੋਕ ਰੋਕ ਕੇ ਮਿਕਸੀ ਨੂੰ ਚਲਾਉਣਾ ਗਾ। ਅਤੇ ਹੁਣ ਜੀ ਇਸ ਤਰੀਕੇ ਨਾਲ ਆਪਾਂ ਦੇਖ ਲੈਂਦੇ ਹਾਂ, ਦੇਖੋ ਆਈਸਕ੍ਰੀਮ ਨਾ ਬਿਲਕੁਲ ਇਹ ਇੰਸਟੈਂਟ ਬਣ ਕੇ ਤਿਆਰ ਹੋ ਜਾਂਦੀ ਹੈ ਝਟਪਟ। ਇਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ, ਕਿੰਨੀ ਕਰੀਮੀ ਬਣ ਕੇ ਤਿਆਰ ਹੋਈ ਆਈਸਕ੍ਰੀਮ, ਬਹੁਤ ਵਧੀਆ ਦੇਖੋ ਜੀ। ਅਤੇ ਇਹਦੇ ਵਿੱਚ ਤੁਸੀਂ ਹੁਣ ਚੋਕਲੇਟ ਵੀ ਐਡ ਕਰ ਸਕਦੇ ਹੋ। ਮੈਂ ਚੋਕਲੇਟ ਵਾਲੀ ਇਹ ਬਣਾਉਣਾ ਆਈਸਕ੍ਰੀਮ ਬਣਾਉਂਗੀ, ਅਤੇ ਇਹਨੂੰ ਤੁਸੀਂ ਥੋੜ੍ਹਾ ਜਿਹਾ ਸੈੱਟ ਹੋਣ ਵਾਸਤੇ ਵੀ ਜੇ ਤੁਸੀਂ ਚਾਹੋ ਤਾਂ ਅੱਧਾ ਘੰਟਾ ਜਾਂ ਘੰਟਾ ਰੱਖ ਸਕਦੇ ਹੋ, ਵੀ ਜੇ ਤੁਸੀਂ ਸਕੂਪ ਭਰ ਕੇ ਇਹ ਸਰਵ ਕਰਨੀ ਹੈ ਤਾਂ। ਅਤੇ ਮੈਂ ਇਹਦੇ ਵਿੱਚ ਚੋਕਲੇਟ ਐਡ ਕਰੂੰਗੀ ਜੀ, ਇੱਕ ਪੈਕਟ ਹੈ ਜਿਹੜਾ ਇਹ, ਮੈਂ 10 ਰੁਪਏ ਵਾਲਾ ਚੋਕਲੇਟ ਦਾ ਐਡ ਕਰਤਾ। ਫਿਰ ਆਪਾਂ ਮਿਕਸੀ ਨੂੰ ਥੋੜ੍ਹਾ ਜਿਹਾ ਰੋਕ ਰੋਕ ਕੇ ਚਲਾ ਦਿਆਂਗੇ। ਅਤੇ ਹੁਣ ਜੀ ਇਸ ਤਰੀਕੇ ਨਾਲ ਆਪਾਂ ਚੋਕਲੇਟ ਵੀ ਇਹਦੇ 'ਚ ਮਿਕਸ ਕਰ ਲਈ। ਪਹਿਲਾਂ ਬਿਨਾਂ ਚੋਕਲੇਟ ਤੋਂ ਜਿਵੇਂ ਬਣਾਈ ਸੀ ਤੁਸੀਂ ਉਵੇਂ ਵੀ ਨਾਲ ਦੀ ਨਾਲ ਸਰਵ ਕਰ ਸਕਦੇ ਹੋ। ਅਤੇ ਮੈਂ ਚੋਕਲੇਟ ਮਿਕਸ ਕਰਕੇ ਇਹਨਾਂ ਨੂੰ ਇਸ ਤਰੀਕੇ ਨਾਲ ਡੋਂਗੇ 'ਚ ਪਾ ਦੂੰਗੀ। ਅਤੇ ਇਸ ਤਰੀਕੇ ਨਾਲ ਜੀ ਫਰਿੱਜ ਦੇ ਵਿੱਚ ਨਾ ਆਪਾਂ ਇਹਨੂੰ ਅੱਧਾ ਕੁ ਘੰਟਾ ਰੱਖ ਦਿਆਂਗੇ, ਵਧੀਆ ਇਹ ਸੈੱਟ ਹੋ ਜੂਗੀ ਸਰਵ ਕਰਨ ਵਾਸਤੇ। ਅਤੇ ਤੁਸੀਂ ਐਵੇਂ ਵੀ ਸਰਵ ਕਰ ਸਕਦੇ ਹੋ, ਨਾ ਤਾਂ ਇਹਦੇ ਵਿੱਚ ਆਪਾਂ ਖੰਡ ਪਾਈ ਹੈ, ਨਾ ਦੁੱਧ ਐਡ ਕਰਨ ਦੀ ਜ਼ਰੂਰਤ ਹੈ, ਨਾ ਕਰੀਮ ਐਡ ਕਰਨ ਦੀ ਜ਼ਰੂਰਤ ਹੈ। ਅਤੇ ਇਸ ਤਰੀਕੇ ਨਾਲ ਜੀ ਆਈਸਕ੍ਰੀਮ ਹੈ ਜਿਹੜੀ ਸੈੱਟ ਹੋ ਗਈ ਹੈ। ਜਦੋਂ ਇਹ ਸੈੱਟ ਹੋ ਗਈ ਇਹਦਾ ਕਲਰ ਵੀ ਇਸ ਤਰੀਕੇ ਨਾਲ ਡਾਰਕ ਹੋ ਜੂਗਾ, ਕਿਉਂਕਿ ਆਪਾਂ ਇਹਦੇ ਵਿੱਚ ਚੋਕਲੇਟ ਵਰਤੀ ਹੈ। ਅਤੇ ਤੁਸੀਂ ਬਿਨਾਂ ਚੋਕਲੇਟ ਤੋਂ ਵੀ ਬਣਾ ਸਕਦੇ ਹੋ। ਇਸ ਤਰੀਕੇ ਨਾਲ ਆਪਾਂ ਸਰਵ ਕਰ ਲਾਂਗੇ ਜੀ ਇਹਨੂੰ, ਬਹੁਤ ਨਰਮ ਬਣ ਕੇ ਤਿਆਰ ਹੁੰਦੀ ਹੈ ਅਤੇ ਝਟਪਟ ਬਣ ਜਾਂਦੀ ਹੈ ਅਤੇ ਬਣਦੀ ਬਹੁਤ ਟੇਸਟੀ ਹੈ। ਚੋਕਲੇਟ ਨਾਲ ਇਹਦਾ ਫਲੇਵਰ ਹੈ ਜਿਹੜਾ ਹੋਰ ਵੀ ਵਧੀਆ ਆਉਂਦਾ ਗਾ। ਅਤੇ ਇਸ ਤਰ੍ਹਾਂ ਜੀ ਉੱਪਰੋਂ ਆਪਾਂ ਗਾਰਨਿਸ਼ ਕਰ ਲਾਂਗੇ। ਮੇਰੇ ਕੋਲ ਘਰ ਟੂਟੀ ਫਰੂਟੀ ਸੀਗੀ, ਤੁਹਾਡੇ ਕੋਲ ਕੋਈ ਵੀ ਡਰਾਈ ਫਰੂਟ ਜਿਵੇਂ ਪਿਸਤਾ, ਕਾਜੂ, ਬਦਾਮ ਜਾਂ ਕਿਸ਼ਮਿਸ਼ ਹੋਈ, ਤੁਸੀਂ ਉਹਦੇ ਨਾਲ ਗਾਰਨਿਸ਼ ਕਰ ਸਕਦੇ ਹੋ। ਬਾਕੀ ਇਹ ਇਸ ਤਰੀਕੇ ਨਾਲ ਵੀ ਡਰਾਈ ਫਰੂਟ ਤੋਂ ਬਿਨਾਂ ਵੀ ਵਧੀਆ ਲੱਗਦੀ ਹੈ, ਟੇਸਟੀ ਬਣਦੀ ਆ। ਅਤੇ ਨਾ ਇਹਦੇ ਵਿੱਚ ਆਪਾਂ ਖੰਡ ਵਰਤੀ ਹੈ, ਨਾ ਆਪਾਂ ਨੂੰ ਅੱਗ ਬਾਲਣ ਦੀ ਜ਼ਰੂਰਤ ਪਈ ਹੈ, ਨਾ ਦੁੱਧ ਵਰਤਿਆ ਆਪਾਂ, ਅਤੇ ਨਾ ਬਾਜ਼ਾਰ 'ਚੋਂ ਕਰੀਮ ਲਿਆਉਣ ਦੀ ਜ਼ਰੂਰਤ ਪਈ ਹੈ। ਫਿਰ ਵੀ ਇੰਨੀ ਨਰਮ, ਇੰਨੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਹੈ ਜੀ। ਬਹੁਤ ਵਧੀਆ ਫਲੇਵਰ ਆਉਂਦਾ ਇਹਦਾ, ਅਤੇ ਤੁਸੀਂ ਬਿਨਾਂ ਚੋਕਲੇਟ ਤੋਂ ਵੀ ਜੇ ਇਹ ਆਈਸਕ੍ਰੀਮ ਬਣਾਓਗੇ ਨਾ ਬਹੁਤ ਵਧੀਆ ਬਣੂਗੀ। ਅਤੇ ਜ਼ਰੂਰ ਇਸ ਰੈਸਪੀ ਨੂੰ ਜੀ ਘਰ ਟਰਾਈ ਕਰਿਓ, ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।